ਗੱਲਬਾਤ ਮੈਂ ਮੀਡੀਆ ਦੇ ਸਨਮੁਖ ਸੀ, ਮੇਰੇ ਪਿੰਡ ਵਿੱਚ ਵਿਜਿਟ ਕੀਤੀ ਮੀਡੀਆ ਨੇ, ਉਹਦੇ ਬਾਅਦੋਂ ਕਿਸੇ ਅਨਸਰ ਲਿਆਣ ਕੇ ਗੱਡੀ ਵਿੱਚੋਂ ਲੁੱਟ ਸੁੱਟ ਕਰਨ ਦੀ ਕੋਸ਼ਿਸ਼ ਕੀਤੀ, ਨਾਲੇ ਵੈਪਨ ਲੈ ਕੇ ਆ। ਮੇਰਾ ਲੜਕਾ ਡਰਾਈਵਰ ਵਿੱਚ ਮੌਜੂਦ ਸੀ ਅਤੇ ਨਾਲ ਹੀ ਉਹਨੇ ਉੱਤੋਂ ਹਮਲਾ ਕਰ ਦਿੱਤਾ ਗਿੱਟ ਦੇ ਨਾਲ। ਪਤਾ ਲੱਗ ਗਿਆ ਜੀ, ਟਰੇਸ ਹੋ ਗਿਆ ਜੀ ਲੜਕਾ, ਹੁਣ ਡਿਪਟੀ ਸਾਹਿਬ ਨੇ ਮੈਂ ਆਖਿਆ ਉਹ ਆ ਰਹੇ ਨੇ ਅਤੇ ਬਸ ਤੁਸੀਂ ਹਿਸਾਬ ਲਾ ਲਓ ਸਾਜ਼ਿਸ਼ ਹੈ ਜਾਂ ਲਾਅ ਐਂਡ ਆਰਡਰ ਦੀਆਂ ਜੋ ਸਥਿਤੀਆਂ ਨੇ ਪਿੰਡ ਦੇ ਵਿੱਚ, ਇਲੈਕਸ਼ਨ ਕਿਹੜੇ ਮਾਹੌਲ ਦੇ ਨਾਲ ਅਸੀਂ ਲੜਾਂਗੇ, ਅੱਜ ਹੀ ਇਲੈਕਸ਼ਨ ਅਨਾਊਂਸ ਹੋਈ ਹੈ ਅਤੇ ਅੱਜ ਹੀ ਸਾਡੇ ਉੱਤੇ ਹਮਲਾ। ਪਹਿਲਾਂ ਉਹ ਕਹਿ ਰਹੇ ਨੇ ਵੀ ਇੱਥੇ ਲੱਭ ਰਹੇ ਸੀ ਤੁਹਾਨੂੰ, ਮੈਨੂੰ ਹੁਣੇ ਪਤਾ ਲੱਗਿਆ ਵੀ ਉਹ ਲੱਭ ਰਹੇ ਸੀ ਤੁਹਾਨੂੰ ਇੱਧਰ ਲਾਗੇ ਬੰਨੇ, ਫਿਰ ਉਹਨਾਂ ਵੇਖਿਆ ਇਹ ਵਿੱਚ ਸੁੱਤਾ ਪਿਆ ਸੀ ਲੜਕਾ, ਉਹਨੇ ਵੇਖਿਆ ਇਹਨੂੰ ਖੜਕਾਇਆ ਅਤੇ ਇਹਨੂੰ ਬਾਅਦ ਚੋਂ ਇਹਦੇ ਉੱਤੇ ਹਮਲਾ ਕੀਤਾ ਲੜਕੇ। ਤੁਹਾਡੀ ਗੱਡੀ ਵੇਖ ਕੇ ਤੁਹਾਨੂੰ ਲੱਭ ਰਹੇ? ਹਾਂਜੀ ਹਾਂਜੀ ਹਾਂ। ਦੇਖੋ ਲਾਅ ਐਂਡ ਆਰਡਰ ਦੀ ਸਥਿਤੀ ਕੀ ਹੈ, ਮੈਨੂੰ ਮਾਰਨ ਦੀ ਨੀਤੀ ਵਿੱਚ ਆਏ ਆ ਜਾਂ ਕੀ ਨੀਤੀ ਵਿੱਚ ਆਏ, ਹੁਣ ਕਲੀਅਰ ਤੇ ਹੁਣ ਡਿਪਟੀ ਸਾਹਿਬ ਉਹਨਾਂ ਨੂੰ ਅਰੈਸਟ ਕਰਨ ਤੇ ਉੱਤੋਂ ਕਲੀਅਰ ਹੋਵੇ ਵੀ ਕੀ ਕੀ ਮਨਸ਼ਾ ਸੀ ਉਹਦੀ। ਪੁਲਿਸ ਕੋਲ ਤੁਸੀਂ ਧਿਆਨ ਲਿਆ ਮਾਮਲਾ? ਮੈਂ ਲਿਆਂਦਾ ਜੀ, ਮੈਂ ਹੁਣ ਵੀ ਉਹਨਾਂ ਦੀ ਵੇਟ ਕਰ ਰਿਹਾ ਜੀ ਇੱਥੇ। ਮੈਂ ਪੰਚਾਇਤੀ ਚੋਣਾਂ ਦਾ ਲਾਉਣ ਹੈ, ਤੁਸੀਂ ਪੰਚਾਇਤੀ ਚੋਣ ਲੜਨੀ ਹੈ, ਲੱਗਦਾ ਇੱਕ ਤਰੀਕੇ ਦਾ ਹਮਲਾ ਕਿਸੇ ਲਾਅ ਐਂਡ ਆਰਡਰ। ਲਾਅ ਐਂਡ ਆਰਡਰ ਦੀ ਤੁਹਾਡੇ ਸਾਹਮਣੇ ਹੀ ਹੈ ਜੀ, ਮੈਂ ਤੁਹਾਡੇ ਨਾਲ ਸੀ ਮੀਡੀਆ ਦੀ ਨਿਗਰਾਨੀ ਵਿੱਚ ਸੀ ਮੈਂ ਤੇ ਮੀਡੀਆ ਦੀ ਨਿਗਰਾਨੀ ਦੇ ਵਿੱਚ ਹੋਣ ਦੇ ਬਾਵਜੂਦ ਮੇਰੇ ਉੱਤੇ ਹਮਲਾ ਹੋ ਗਿਆ ਤੇ ਜੇ ਮੈਂ ਉਹ ਕਿਤੇ ਮੈਂ ਇੱਥੇ ਹੁੰਦਾ ਤੇ ਕੀ ਪਤਾ ਕੀ ਹਮਲਾ ਉਹਨੇ ਮੇਰੇ ਤੇ ਕਰਕੇ ਜਾਣਾ ਸੀ, ਕੀ ਉਹਦੀ ਮਨਸ਼ਾ ਸੀ ਮੇਰੇ ਪ੍ਰਤੀ, ਤੇ ਇਹ ਤੁਹਾਡੇ ਸਾਹਮਣੇ ਇੰਨੀ ਮਤਲਬ ਮਨਸ਼ਾ ਇੱਦਾਂ ਕਰਵਾ ਤੇ ਇੱਕ ਸਰਪੰਚ ਦੇ ਨਾਲ ਦੇਖਣੀ, ਮਤਲਬ ਮੈਨੂੰ ਲੱਗਦਾ ਵੀ ਕੋਈ ਇਹ ਲਾਅ ਐਂਡ ਆਰਡਰ ਦੀਆਂ ਸਥਿਤੀਆਂ ਜਿਹੜੀਆਂ ਪੰਜਾਬ ਵਿੱਚ ਅੱਜ ਇਲੈਕਸ਼ਨ ਅਨਾਊਂਸ ਹੋਈ ਆ ਵੀ ਇਹ ਤੋਂ ਜੱਗ ਜ਼ਾਹਿਰ ਹੁੰਦਾ ਵੀ ਕਿੱਦਾਂ ਦੀਆਂ ਸਥਿਤੀਆਂ। ਮੈਂ ਤਾਂ ਇਨਸਾਫ਼ ਦੀ ਮੰਗ ਕਰਦਾ ਵੀ ਪੰਜਾਬ ਦੇ ਲੋਕ ਅੱਜ ਇਲੈਕਸ਼ਨ ਅਨਾਊਂਸ ਹੋਈ ਆ ਵੀ ਕਿਹੜੇ ਹਿਸਾਬ ਨਾਲ ਸੇਫ ਆ, 20 ਦਿਨਾਂ ਦੇ ਵਿੱਚ ਇਲੈਕਸ਼ਨ ਆ, ਤਕਰਾਰ ਵੀ ਹੋਣੇ ਨੇ, ਇੱਥੋਂ ਅੱਜ ਮੈਨੂੰ ਤਕਰਾਰ ਵੱਡਾ ਦਿਖ ਪਿਆ। ਮੇਰੇ ਉੱਤੇ ਹਮਲਾ ਕਿਹਨੇ ਅੱਜ ਤੱਕ ਕੋਸ਼ਿਸ਼ ਨਹੀਂ ਕੀਤੀ, ਪਰ ਪਹਿਲੀ ਵਾਰੀ ਇੰਨੀ ਜ਼ੁਰਤ ਕਿਹਨੇ ਵਿਖਾਈ ਹੈ ਹੁਣ ਮੈਨੂੰ ਸਮਝ ਨਹੀਂ ਆਈ। ਸਰ ਸਾਬਕਾ ਸਰਪੰਚ ਹੀ ਦੇ ਉੱਤੇ? ਹਾਂਜੀ ਸਰ, ਮੇਰਾ ਨਾਮ ਆਕਾਸ਼ਦੀਪ ਸਿੰਘ ਹੈ, ਮੈਂ ਗੱਡੀ ਦੇ ਵਿੱਚ ਲੇਟ ਆਇਆ ਸੀਗਾ, ਚਾਨਚੱਕ ਐਕਟਿਵਾ ਤੇ ਆਇਆ ਲੜਕਾ, ਤੇ ਉਹਨੇ ਮੈਨੂੰ ਪਿਸਤੌਲ ਦਿਖਾਇਆ ਤੇ ਕਹਿੰਦਾ ਗੱਡੀ ਦੇ ਵਿੱਚ ਜੋ ਵੀ ਕੈਸ਼ ਹੈਗਾ ਆ ਮੈਨੂੰ ਕੱਢ ਕੇ ਵਾਪਸ ਦੇ ਦੇ। ਮੈਂ ਗੱਡੀ ਡਰਦੇ ਨੇ ਲੌਕ ਕਰ ਲਈ, ਉਹ ਇਹਨੇ ਰੋੜਾ ਚੱਕਿਆ ਤੇ ਸਿੱਧਾ ਗੱਡੀ ਦੇ ਸ਼ੀਸ਼ੇ ਨੇ ਮਾਰਿਆ, ਗੱਡੀ ਭੰਨ ਗਿਆ ਤੇ ਉਹ ਭੱਜ ਗਿਆ। ਪਤਾ ਲੱਗਾ ਕੌਣ? ਪਤਾ ਤਾਂ ਲੱਗ ਗਿਆ ਉਹਦਾ ਵੀ ਕੌਣ ਹੈਗਾ, ਇੱਥੋਂ ਨਜ਼ਦੀਕ ਦੇ ਹੈਗਾ, ਪਹਿਲਾਂ ਉਹ ਲੱਭਦਾ ਪਿਆ ਸੀਗਾ ਭਾਜੀ ਉਹਨਾਂ ਨੂੰ ਕੌਣ, ਇੱਥੋਂ ਲੋਕ ਦੱਸਦੇ ਪਏ ਨੇ ਕਿ ਪਹਿਲਾਂ ਦੇਖਦਾ ਪਿਆ ਸੀਗਾ ਪੰਚ ਸਾਹਿਬ, ਉਹ ਇੱਥੇ ਗਿਆ ਹੋਏ ਸੀਗੇ ਪਿੰਡ ਦੇ ਵਿੱਚ, ਜੋ ਵੀ ਪੰਚ ਮੀਡੀਆ ਨਾਲ ਮੀਡੀਆ ਦੇ ਨਾਲ ਗਏ ਹੋਏ ਸੀਗੇ, ਉੱਥੇ ਗੱਲਬਾਤ ਚੱਲਦੀ ਪਈ ਸੀ ਕਿ ਮੈਂ ਗੱਡੀ ਦੇ ਵਿੱਚ ਲੇਟਿਆ ਹੋਇਆ ਸੀਗਾ, ਉਹ ਜਦੋਂ ਵੀ ਜੋ ਆਇਆ ਮੈਂ ਡਰਦੇ ਨੇ ਲੌਕ ਕਰ ਲਈ ਗੱਡੀ ਤੇ, ਉਹਨੇ ਰੋੜਾ ਚੱਕਿਆ ਤਾਂ ਸਿੱਧਾ ਗੱਡੀ ਤੇ ਮਾਰ ਕੇ ਗੱਡੀ ਖਾ ਲਈ। ਮੰਗ ਜੋ ਵੀ ਆ ਸਾਨੂੰ ਇਨਸਾਫ਼ ਚਾਹੀਦਾ ਵਾ। ਮੈਂ ਤਾਂ ਮੌਕੇ ਤੇ ਆਇਆ, ਜੋ ਕੁਛ ਵੀ ਵੇਖਿਆ ਜੀ, ਆਹ ਗੱਡੀ ਦਾ ਜਿਹੜਾ ਵਾ ਸ਼ੀਸ਼ਾ ਟੁੱਟਾ ਵਾ, ਰੋੜੇ ਵੱਜੇ ਆ, ਕੋਈ ਕਾਕਾ ਨਾਮ ਦਾ ਦੱਸਦੇ ਵਿਅਕਤੀ ਜੋ ਜਿਹੜਾ ਮਾਰ ਕੇ ਤੇ ਭੱਜ ਗਿਆ ਪਿਛਲੇ ਉਹਦੇ ਕੋਲ ਆ, ਦੱਸਦੇ ਇਹੋ ਚੀਜ਼ਾਂ ਸਾਹਮਣੇ ਆਈਆਂ। ਪਬਲਿਕ ਨੇ ਦੱਸਿਆ ਵਾ ਵੀ ਇਹਨਾਂ ਕੋਲ ਵੈਪਨ ਵੀ ਹੈਗਾ। ਕਿਸ ਤਰ੍ਹਾਂ ਦੀ ਕਾਰਵਾਈ ਕੀਤੀ, ਕਿਸ ਤਰ੍ਹਾਂ ਪੁਲਿਸ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਹੋਈ? ਆਪਣੇ ਸਾਡੇ ਚੌਕੀ ਇੰਚਾਰਜ ਸਾਹਿਬ ਆ ਰਹੇ ਆ, ਜੋ ਵੀ ਉਹ ਆਣ ਕੇ ਵਿੰਦੇ ਆ, ਜਿਹੜੇ ਹਿਸਾਬ ਨਾਲ ਬਣਦੀ ਕਾਰਵਾਈ ਕਰਾਂਗੇ ਉਹਨੂੰ ਗ੍ਰਿਫਤਾਰ ਕਰ। ਸਰ ਜਿਸ ਤਰ੍ਹਾਂ ਪੰਚਾਇਤੀ ਚੋਣਾਂ ਦਾ ਐਲਾਨ ਹੋ ਗਿਆ, ਕੋਡ ਆਫ ਕੰਡਕਟ ਲੱਗ ਗਿਆ, ਪਰ ਫਿਰ ਵੀ ਸਰੇਆਮ ਜਿਹੜੇ ਵੈਪਨ ਦਾ ਇਸਤੇਮਾਲ ਕੀਤਾ ਗਿਆ ਵਾ, ਇਹ ਤਾਂ ਹੁਣ ਆਪਾਂ ਦੱਸਿਆ ਮੁਕਾਬਲੇ ਚੱਲਣ ਦਿਆ ਨਾ ਕੰਮ, ਜੋ ਵੀ ਆਪਾਂ ਉਹਨੂੰ ਬੰਦੇ ਨੂੰ ਫੜਾਂਗੇ ਗ੍ਰਿਫਤਾਰ ਕਰਾਂਗੇ, ਜੋ ਸਚਾਈ ਸਾਹਮਣੇ ਆਏਗੀ ਫਿਰ ਹੀ ਗੱਲ ਅੱਗੇ ਤਬਦੀਲ ਸ਼ੁਰੂ ਹੋਏਗੀ। ਸਰ ਕੀ ਗੱਲਬਾਤ ਕੀ ਹੋਈ? ਸਾਨੂੰ ਫੋਨ ਆਇਆ ਜੀ ਆਪਣੇ ਸੁਖਰਾਜ ਸਿੰਘ ਰੰਧਾਵਾ ਦਾ, ਉਹ ਕਹਿੰਦੇ ਵੀ ਸਾਡੇ ਤਾਂ ਮੁੰਡਾ ਹੈਗਾ ਸੀ ਆਕਾਸ਼ਦੀਪ ਸਿੰਘ, ਉਹ ਗੱਡੀ ਲਾ ਕੇ ਉਹਦੇ ਵਾਲੀ ਦੇ ਖੜਾ ਸੀ, ਕੋਈ ਬੰਦਾ ਆਇਆ ਲਵਪ੍ਰੀਤ ਸਿੰਘ ਕਾਕਾ,
ਉਹਨੇ ਆਂਦਾ ਵੀ ਆਣ ਕੇ ਗੱਡੀ ਨੂੰ ਰੋੜਾ ਮਾਰਿਆ ਜਿਹਦੇ ਨਾਲ ਸੀਸਾ ਬੈਂਡ ਹੋ ਗਿਆ। ਉਹ ਕਾਸ਼ ਨੇ ਆਪਣੀ ਗੱਡੀ ਲੋਕ ਕਰ ਲਈ ਇਹਦੇ ਆਉਂਦੇ ਜਾਂਦੇ ਜਾਂਦੇ ਪਿਸਤੌਲ ਵਿਖਾ ਕੇ ਉਹ ਹੁਣ ਅਸੀਂ ਤਸਦੀਕ ਕਰਕੇ ਅਤੇ ਬਾਕੀ ਕਾਰਵਾਈ ਕਰ ਦਾਂਗੇ ਵੀ ਪਿਸਤੌਲ ਹੈਗਾ ਜਾਂ ਨਹੀਂ ਹੈਗਾ ਕਿ ਇਹਨਾਂ ਦੀ ਰਾਜਸ ਕੀ ਉਹ ਵੇਖ ਲੈਣੇ। ਕਿਸ ਤਰ੍ਹਾਂ ਦੀ ਸਰਕਾਰ ਵੀ ਕਿਸ ਤਰ੍ਹਾਂ ਅਸੀਂ ਕਿਸ ਤਰ੍ਹਾਂ ਦੀ ਕਾਰਵਾਈ ਕਾਰਵਾਈ ਜੋ ਬਿਆਨ ਦਿੰਦੇ ਉਹਦੇ ਮੁਤਾਬਕ ਕਰ ਦਾਂਗੇ ਆਪਾਂ ਜੋ ਤਸਦੀਕ ਚ ਪਾਇਆ ਜਾਊਗਾ ਸਾਡੇ ਕੋਲ। ਸਰ ਅੱਜ ਹੀ ਚੋਣਾਂ ਦਾ ਸਰ ਐਲਾਨ ਹੋਇਆ ਪੰਚਾਇਤੀ ਚੋਣਾਂ ਦਾ, ਇਹਦੇ ਬਾਰੇ ਅਜੇ ਕੰਡਕਟ ਵੀ ਲੱਗ ਗਿਆ ਪਰ ਫਿਰ ਵੀ ਲੋਅ ਐਂਡ ਆਰਡਰ ਕਿਉਂਕਿ ਪਿੰਡ ਵਿੱਚ ਥੋੜੇ ਮਾੜੇ ਇਸ ਤਰ੍ਹਾਂ ਹੋਣ ਲੱਗ ਪਿਆ। ਚਲੋ ਇਹਦੇ ਬਾਰੇ ਇਲੈਕਸ਼ਨ ਬਾਰੇ ਤਾਂ ਅਜੇ ਕੋਈ ਜਾਣਕਾਰੀ ਨਹੀਂ, ਫਿਰ ਵੀ ਆਪਾਂ ਜੋ ਇਹ ਕਹਿੰਦੇ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਕੇ ਤੇ ਉਹਨੂੰ ਰੱਖ ਕਰਾਂਗੇ। ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ, ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ। ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ।